ਸ਼੍ਰੀਕਾਲ ਜੀ। ਇਹ ਸਾਡੇ ਪੇਸ਼ੈਂਟ ਨੇ ਜੀ ਚਰਨਜੀਤ ਵਾਈਫ ਆਫ ਹਰਪ੍ਰੀਤ ਸਿੰਘ। ਇਹ ਖੈਰਾ ਪਿੰਡ ਤੋਂ ਬਿਲੋਂਗ ਕਰਦੇ ਨੇ, ਜ਼ਿਲ੍ਹਾ ਲੁਧਿਆਣੇ ਤੋਂ। ਇਹਨਾਂ ਦੇ ਵਿਆਹ ਨੂੰ 17 ਸਾਲ ਹੋ ਗਏ ਸੀ, ਪਰ ਇਹਨਾਂ ਦੇ ਕੋਈ ਵੀ ਬੱਚਾ ਨਹੀਂ ਸੀ। ਇਹਨਾਂ ਨੇ ਕਾਫੀ ਜਗ੍ਹਾ ਤੋਂ ਜਿਹੜੀ ਹੈ ਮੈਡੀਸਨ ਲਈ ਬੱਚੇ ਦੀ, ਪਰ ਕਿਤੋਂ ਵੀ ਇਹਨਾਂ ਨੂੰ ਜਿਹੜਾ ਫਲ ਪ੍ਰਾਪਤ ਨਹੀਂ ਹੋਇਆ ਬੱਚੇ ਦਾ। ਉਸ ਤੋਂ ਬਾਅਦ ਜੀ ਇਹਨਾਂ ਨੂੰ ਇਹਨਾਂ ਦੇ ਕਿਸੇ ਜਾਣਕਾਰ ਨੇ ਪਿੰਡ 'ਚੋਂ ਡਾਕਟਰ ਸੁਮਿਤਾ ਸੂਫਤ ਹੋਸਪਿਟਲ ਬਾਰੇ ਦੱਸਿਆ, ਅਤੇ ਇਹ ਲੁਧਿਆਣੇ ਵਿਖੇ ਆਏ ਡਾਕਟਰ ਸੁਮਿਤਾ ਸੂਫਤ ਹਸਪਤਾਲ ਵਿੱਚ, ਜਿੱਥੇ ਇਹਨਾਂ ਦਾ ਇਲਾਜ ਸ਼ੁਰੂ ਹੋਇਆ। ਅਤੇ ਡਾਕਟਰ ਨੇ ਬਹੁਤ ਵਧੀਆ ਢੰਗ ਨਾਲ ਇਹਨਾਂ ਦਾ ਇਲਾਜ ਕੀਤਾ, ਅਤੇ ਕੁਝ ਕੁ ਮਹੀਨਿਆਂ ਦੇ ਅੰਦਰ ਹੀ ਜਿਹੜੀ ਇਹਨਾਂ ਦੀ ਬੱਚੇ ਦੀ ਰਿਪੋਰਟ ਹੈ ਉਹ ਟੈਸਟ ਟਿਊਬ ਬੇਬੀ ਵਿਧੀ ਦੁਆਰਾ ਪੋਜ਼ਿਟਿਵ ਆ ਗਈ ਸੀ। ਅਤੇ ਹੁਣ ਇਹਨਾਂ ਨੂੰ 6ਵਾਂ ਮਹੀਨਾ ਲੱਗਿਆ ਹੋਇਆ। ਪੇਸ਼ੈਂਟ ਅਤੇ ਬੱਚਾ ਦੋਵੇਂ ਬਿਲਕੁਲ ਠੀਕ ਨੇ, ਅਤੇ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਡਾਕਟਰ ਸੁਮਿਤਾ ਸੂਫਤ ਜੀ ਦਾ ਅਤੇ ਉਹਨਾਂ ਦੇ ਸਾਰੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।